ਪਿਛਲੇ ਦਿਨੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਬੜੇ ਧੂਮ ਧੜੱਕੇ ਨਾਲ ਸਿਰੇ ਚੜੀਆਂ ਡੰਡੀ। ਲੋਕਾਂ ਨਾਲ ਸੰਬੰਧਿਤ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਮਾਮਲੇ 'ਤੇ ਆਮ ਆਦਮੀ ਪਾਰਟੀ ਨੂੰ ਦੁਬਾਰਾ ਭਾਰੀ ਲੋਕ ਸਮਰਥਨ ਨਾਲ ਚੁਣਿਆ ਗਿਆ ਡੰਡੀ। ਅਰਵਿੰਦ ਕੇਜਰੀਵਾਲ ਦੀ ਸਿਆਸਤ ਹੀ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਤੋਂ ਸ਼ੁਰੂ ਹੋਈ ਸੀ ਡੰਡੀ। ਉਹ ਅੰਨਾ ਹਜ਼ਾਰੇ ਦਾ ਚੇਲਾ ਸੀ ਡੰਡੀ। ਅੰਨਾ ਹਜ਼ਾਰੇ ਵੱਲੋਂ ਸ਼ੁਰੂ ਕੀਤੇ ਗਏ ਅੰਦੋਲਨ ਦੀ ਵੱਡੀ ਚਰਚਾ ਹੋਈ ਸੀ ਡੰਡੀ। ਲੋਕ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਤੋਂ ਤੰਗ ਆ ਚੁੱਕੇ ਹਨ ਡੰਡੀ। ਇਹ ਭ੍ਰਿਸ਼ਟਾਚਾਰ ਰਾਜਨੀਤੀ ਵਿੱਚ ਵੀ ਦਾਖਲ ਹੋ ਗਿਆ ਹੈ ਡੰਡੀ। ਪਰ ਆਮ ਲੋਕ ਆਪਣੇ ਮਸਲਿਆਂ ਦੇ ਹੱਲ ਦੇ ਨਾਲ ਨਾਲ ਸਿਆਸਤਦਾਨਾਂ ਤੋਂ ਸਦਾਚਾਰਕ ਕਦਰਾਂ ਕੀਮਤਾਂ ਦੇ ਧਾਰਨੀ ਹੋਣ ਦੀ ਵੀ ਉਮੀਦ ਰੱਖਦੇ ਹਨ ਡੰਡੀ। ਪਰ ਜੇਕਰ ਉੱਪਰਲੀ ਪੱਧਰ 'ਤੇ ਹੀ ਇਸ ਮਸਲੇ 'ਤੇ ਗੰਦਲਾਪਨ ਹੋਵੇ ਤਾਂ ਇਸ ਦਾ ਅਸਰ ਹੇਠਲੀ ਪੱਧਰ ਤੱਕ ਪੈਣਾ ਕੁਦਰਤੀ ਹੈ ਡੰਡੀ। ਭਾਰਤੀ ਚੋਣ ਕਮਿਸ਼ਨ ਨੇ ਸਮੇਂ ਸਮੇਂ ਸਿਆਸੀ ਪਾਰਟੀਆਂ ਤੋਂ ਇਹ ਸ਼ਰਤ ਰੱਖੀ ਹੈ ਕਿ ਉਹ ਆਪਣੇ ਪ੍ਰਤੀਨਿਧਾਂ ਨੂੰ ਚੁਣਦੇ ਸਮੇਂ ਇਸ ਗੱਲ ਦਾ ਧਿਆਨ ਰੱਖਣ ਕਿ ਉਹਨਾਂ ਦਾ ਅਕਸ ਸਾਫ਼ ਸੁਥਰਾ ਹੋਵੇ ਡੰਡੀ। ਇਸ ਸੰਬੰਧੀ ਸਮੇਂ ਸਮੇਂ ਉਸ ਵੱਲੋਂ ਅਜਿਹੇ ਢੰਗ ਤਰੀਕੇ ਅਪਣਾਏ ਗਏ ਕਿ ਅਪਰਾਧਿਕ ਬਿਰਤੀਆਂ ਵਾਲੇ ਨਿਰਉਤਸ਼ਾਹਿਤ ਹੋਣ 'ਤੇ ਪਾਰਟੀਆਂ ਅਜਿਹੇ ਉਮੀਦਵਾਰਾਂ ਨੂੰ ਸਿਆਸਤ ਵਿੱਚ ਲਿਆਉਣ ਤੋਂ ਹਿਚਕਚਾਉਣ। ਪਰ ਅਸਲ ਵਿੱਚ ਅਜਿਹਾ ਨਹੀਂ ਹੋਇਆ ਡੰਡੀ। ਦਿੱਲੀ ਚੋਣਾਂ ਸੰਬੰਧੀ ਵੀ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਸ ਵਿੱਚ ਚੁਣੇ ਗਏ 61% ਵਿਧਾਇਕਾਂ 'ਤੇ ਅਪਰਾਧਿਕ ਕੇਸ ਚੱਲ ਰਹੇ ਹਨ ਡੰਡੀ। ਕਈ ਕੇਸ ਤਾਂ ਬੇਹੱਦ ਗੰਭੀਰ ਹਨ। ਚੁਣੀ ਗਈ ਇਸ ਵਿਧਾਨ ਸਭਾ ਵਿੱਚ 37 ਅਜਿਹੇ ਵਿਧਾਇਕ ਹਨ ਜਿਨ੍ਹਾਂ 'ਤੇ ਜਬਰ ਜਨਾਹ ਹੱਤਿਆ ਦੀ ਕੋਸ਼ਿਸ਼ 'ਤੇ ਔਰਤਾਂ ਦੇ ਖਿਲਾਫ ਕੀਤੇ ਗਏ ਅਪਰਾਧਾਂ ਦੇ ਕੇਸ ਹਨ ਡੰਡੀ। ਇਸ ਸੰਬੰਧੀ ਜੇਕਰ ਪਿਛਲੇ ਅੰਕੜਿਆਂ 'ਤੇ ਨਜ਼ਰ ਮਾਰੀ ਜਾਏ ਤਾਂ ਸਿਆਸਤ ਵਿੱਚ ਅਪਰਾਧੀਕਰਨ ਦਾ ਇਹ ਸਿਲਸਿਲਾ ਘਟਣ ਦੀ ਥਾਂ ਵਧਿਆ ਹੈ ਡੰਡੀ। ਇਹ ਹੈਰਾਨੀ ਵਾਲੀ ਗੱਲ ਹੈ ਕਿ ਲੋਕ ਸਭਾ ਲਈ ਚੁਣੇ ਜਾਣ ਵਾਲੇ ਅਜਿਹੇ ਪਿਛੋਕੜ ਵਾਲੇ ਵਿਅਕਤੀਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ ਹੈ ਡੰਡੀ। ਮਿਸਾਲ ਦੇ ਤੌਰ 'ਤੇ ਸਾਲ 2004 ਵਿੱਚ ਲੋਕ ਸਭਾ ਦੀਆਂ ਹੋਈਆਂ ਚੋਣਾਂ ਵਿੱਚ ਚੁਣੇ ਗਏ 24% ਸੰਸਦ ਮੈਂਬਰਾਂ 'ਤੇ ਅਪਰਾਧਿਕ ਕੇਸ ਚੱਲ ਰਹੇ ਹਨ ਡੰਡੀ। ਸਾਲ 2009 ਵਿੱਚ ਇਹ ਗਿਣਤੀ ਹੋਰ ਵੱਧ ਕੇ 30% ਹੋ ਗਈ ਹੈ ਡੰਡੇ। 2014 ਵਿੱਚ ਇਹ ਗਿਣਤੀ 34% ਹੋ ਗਈ ਅਤੇ ਹੁਣ 2019 ਵਿੱਚ ਚੁਣੇ ਗਏ ਸੰਸਦ ਮੈਂਬਰਾਂ ਵਿੱਚੋਂ 43% ਮੈਂਬਰ ਅਪਰਾਧਿਕ ਪਿਛੋਕੜ ਵਾਲੇ ਹਨ ਡੰਡੇ। ਬਿਨਾਂ ਸ਼ੱਕ ਇਹ ਗੱਲ ਵੱਡੀ ਚਿੰਤਾ ਦਾ ਵਿਸ਼ਾ ਹੈ ਡੰਡੀ। ਇਹ ਬਿਮਾਰੀ ਘਟਣ ਦੀ ਬਜਾਏ ਲਗਾਤਾਰ ਵੱਧਦੀ ਹੀ ਜਾ ਰਹੀ ਹੈ ਡੰਡੀ। ਦੇਸ਼ ਦੀ ਸਰਵਉੱਚ ਅਦਾਲਤ ਨੇ ਇਸ ਬਾਰੇ ਲਗਾਤਾਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਡੰਡੀ। 25 ਸਤੰਬਰ 2018 ਵਿੱਚ 5 ਜੱਜਾਂ ਦੇ ਇੱਕ ਬੈਂਚ ਨੇ ਇਹ ਫੈਸਲਾ ਦਿੱਤਾ ਸੀ ਕਿ ਪਾਰਟੀਆਂ ਵੱਲੋਂ ਚੁਣੇ ਗਏ ਉਮੀਦਵਾਰਾਂ ਦੇ ਪਿਛੋਕੜ ਬਾਰੇ ਜਨਤਕ ਪੱਧਰ 'ਤੇ ਜਾਣਕਾਰੀ ਦਿੱਤੀ ਜਾਣੀ ਜ਼ਰੂਰੀ ਹੈ। ਪਰ ਇਸ 'ਤੇ ਕਿਸੇ ਵੀ ਪਾਰਟੀ ਨੇ ਅਮਲ ਨਹੀਂ ਕੀਤਾ ਡੰਡੀ।
ਸਰਵਉੱਚ ਅਦਾਲਤ ਨੇ ਇਸ ਆਦੇਸ਼ 'ਚ ਅਪਰਾਧੀਕਰਨ ਨੂੰ ਇੱਕ ਲਾ ਇਲਾਜ ਬਿਮਾਰੀ ਦੱਸਦੇ ਹੋਏ ਸੰਸਦ 'ਤੇ ਇਹ